मां की शेर नहीं पहले बोलते आवे कदे पता नहीं किधर बाकी किधर नहीं नहीं सुन लै कुछ उठी जाके लोट करनी वो है नहीं सुधर दी है की कर लग रही है की नहीं जीती हां जी हां जी तनु भी हाका मार लिया सुनता नहीं तनु मैं भांडे मांज से टूटी दी आवाज पता नहीं लग गया मेनू उधर भी ध्यान रखा भी चाह मंगूगा उठने वाला हो बना देनी है जिवें हुनी मेरी गल सुनना इधर ध्यान नाल सिद्धी होके नगा रख लिया कर भी चाह देनी है ठीक है ना ठीक पता नहीं किथे दिमाग लई फिरदी है किथे नहीं तू ठीक है जी मैं हुनी बना चाह ले अपना के आ लो जी चाह मैं थोड़े नाल के गल करनी सी हां दस मम्मी दा फोन आया सीगा पापा की तबीयत बहुत ज्यादा खराब हो रही है मैं मिल के आना सी उन्हें ओ यार ओदा कंटा लगे तो ही फोन कर देने तेनु हुन ता तू 4 दिन पहला तो उठो आई है हुन फिर चक ले जी किथे 3 महीने हो गए मैं गई भी नहीं हुन पापा बीमार ने मैं भी ता बोल रही हूं नहीं तेनु पता चलेगा मैं किथे जानी है सारा दिन तो तेरी मां नाल फोन ते गल्ला करती रहनी है और तो सानू कोई काम नहीं हैगा साला टप्पर दे किसी दे कोई मच्छर लड़ जाए ना मच्छर ਤਾਂ ਵੀ ਤੈਨੂੰ ਕਹਿ ਦੇਣਗੇ ਆ ਜਾ 4 ਦਿਨ ਲਾ ਜਾ ਬਹਾਨੇ ਚਾਹੀਦੇ ਨੇ ਹੋਰ ਤੁਹਾਨੂੰ ਕੀ ਚਾਹੀਦਾ ਸਵੇਰ ਜਾ ਕੇ ਸ਼ਾਮ ਨੂੰ ਆ ਜਾਗੇ ਨਾ ਬਸ ਕਰ ਮੈਨੂੰ ਨਹੀਂ ਜਾਇਆ ਜਾਂਦਾ ਸਵੇਰ ਜਾ ਕੇ ਸ਼ਾਮ ਨੂੰ ਜਾ ਮੈਨੂੰ ਨਹੀਂ ਜਾਇਆ ਜਾਂਦਾ ਹੈਗਾ ਨਾ ਤਾਂ ਇੰਨੇ ਜਾਣਾ ਹੈ ਠੀਕ ਹੈ ਜੀ ਨਾਰਮਲੀ ਬਾਣਾ ਮੋਟਾ ਤਾਂ ਕੋਈ ਬਿਮਾਰ ਹੁੰਦੀ ਹੁੰਦਾ ਘਰੇ ਦਵਾਈ ਦਵਾ ਤੇ ਉਹਨੇ ਠੀਕ ਹੋ ਜਾਊਗਾ ਪਤਾ ਲੈਣ ਨੂੰ ਦੱਸ ਠੀਕ ਹੈ ਜੀ चल चक भाई ओ पानी दा पला है ओ तू कमें दगड़ गड़ जे पई ना होए की हो रहा है ओ की होना तेरी परजाई ने दुखी करके मता यार ओ की गल होगी पूछ ना कुछ बाबे बहुत दुखी हो रहा मेरा ओ फिर भी जे दसेगा फिर कोई हल मिलूगा उई मुंह या लमका ही बैठा तू ता ओ सारा दिन कलेस रख दियो ता सारा दिन बाबे ओए ता सारा दे करी रहंदा है तेरे कड़ा की होया यार गल भी दस की होगी मूरी बहुत बोल दिया है की कहंदी है कहंदी आई है यार ना बंदा उधर दा ना उधर दा बचाले फस रहा मैं ता ओ तू भरावा वर्गा मेरे मैं ता पुछदा भी गल की होगी तन्नू दस्या ता है जद तीवी मूरे बोलन लग गए ना फिर ओदा की हल करी ओ दस भी दे कहंदी की है कहना की अंकर है कलेश वादू सी कलेश ओ मैं लगदा तू टकोर नहीं करदा ओदी तू प्यार ना रखी फरदानू टकोर किवें ओदा जिन्ना चिर जुत्ती ना फिरे भाई ये नहीं लोटाउंदियां आ तां गिच्ची पिछे मत आउंदी इहनां दी इहदा जे फिरदा रहे छित्र फेर ठीक आउंदियां ने गल तां तेरी सही है ओ फिर ऐ कहना भी छड्ड कादे वास्ते ਪਰ ਕਾਹਦੇ ਵਾਸਤੇ ਦੇਖ ਲਾ ਫਿਰਦਾ ਧੱਕੇ ਜਾਂਦਾ ਦਾਰੂ ਪੀ ਜਾਂਦਾ ਉਵੀਂ ਹੋਰ ਗੱਲਾਂ ਮੂੰਹ ਕਵੇਂ ਲਮਕਾਇਆ ਤਾਂ ਗੱਲ ਆ ਕੋਈ ਤੇਰੇ ਵਾਲੀ ਵੀ ਕਰਦੇ ਆ ਉਹ ਬਈ ਐਂ ਕਰਦੀ ਜੀ ਪਹਿਲਾਂ ਤਾਂ ਨਵੀਂ ਨਵੀਂ ਜੀ ਜਦੋਂ ਪੈਂਦੇ ਨਾ ਥਾਪੜਾ ਪੰਜ ਉਂਗਲਾਂ ਦਾ ਫਿਰ ਪਤਾ ਲੱਗਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਜਦੋਂ ਐਂ ਤੱਕਲੇ ਵਾਂਗੂ ਸਿੱਧੀ ਹੋ ਰਹੀ ਆ ਤੱਕਲੇ ਵਾਂਗੂ ਤੂੰ ਰੱਖਦਾ ਲਾੜਨ ਵਾਲਾ ਐਂ ਲੋਟ ਆਉਂਦੀਆਂ ਇਹ ਤੇਰੇ ਵਾਲਾ ਸਾਹ ਫਿਰ ਮੈਨੂੰ ਵੀ ਵਰਤਣਾ ਪਊ ਬਈ ਲੱਗਦਾ ਹੁਣ ਪਿਆਰ ਨਾਲ ਹੀ ਲੋਟ ਆਉਂਦੀ ਉਹ ਸੋਲੀ ਗੱਲੇ ਨਹੀਂ ਸੁਣਦੀ ਬੋਲ ਮਾਰੀ ਜਾਂਦੇ ਨਾ ਤੜਕੇ ਨੂੰ ਚਾਹ ਨਾ ਪਾਣੀ ਸੁਣਦੀ ਹੋ ਨਹੀਂ ਕਿਸੇ ਦੀ ਗੱਲ ਉਹ ਤੈਨੂੰ ਤਾਈ ਦਾ ਕਹਿਣਾ ਜਿਹੜੀ ਜਨਾਨੀ ਆਏ ਠੱਠ ਕਰਦੀ ਆ ਨਾ ਉਹਦਾ ਜੁੱਤੀ ਨਾਲੇ ਲੋਟ ਆਉਂਦੀ ਆ ਤਾਈ ਤੈਨੂੰ ਕਹਿਣਾ ਮੈਂ ਵੀ ਉਹਦਾ 4 ਮਾਰ ਲਫੜੇ ਯਾਰ ਤੈਨੂੰ ਕੀ ਕਹਿ ਦੂ ਵੀ ਉਹ ਜੇ ਜ਼ਿਆਦਾ ਉਹ ਕਰੂਗਾ ਚੱਕ ਉਹਦੀ ਟੰਡ ਫੋਰੀ ਨਿਕਲ ਇੱਥੋਂ ਗੱਲ ਹੈ ਕੋਈ ਇਹ ਵੀ ਗੱਲ ਸਹੀ ਹੈ ਲੈ ਫਿਰ ਅੱਜੇ ਲੈ ਥੋੜਾ ਕਰਿਆ ਉਹ ਐ ਨਾ ਕਹਿੰਦੀ ਵੀ ਕਿਤੇ ਮੈਨੂੰ ਪੁੱਠੀ ਉਂਗਲ ਆਉਂਦਾ ਮੈਂ ਤੈਨੂੰ ਰਾਏ ਦਿੱਤੀ ਅੱਕਾ ਉਹ ਨਹੀਂ ਹੋਰ ਭਾਈ ਕਾਹਦੇ ਵਾਸਤੇ ਆਉਂਦੇ ਨੇ
ਉਹੀ ਗੱਲ ਆ ਜੇ ਜਿਆਦਾ ਠੱਠ ਕਰਦੇ ਤਾਂ ਦਮ ਮਾਰ ਲਾ ਪੜੇ ਯਾਰ ਗੱਲਾਂ ਕੋਈ ਅੱਗੇ ਲੈ ਮਾਂ ਹਨੇਰੀ ਠਾਲਾਂਗੇ ਤਾਂ ਤੂੰ ਚੱਕ ਪੇਗ ਪਾ 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 ਪੇਗ ਪਾਲਾ ਪੇਗ ਪਾ ਅੱਗੇ ਲੈ ਬਾਲਾ ਵੀ ਨਾ ਸੈੱਟ ਹੋ ਜੀ ਕਿਤੇ ਉਈ ਪਤਾ ਅੰਦਰਾ ਉਹ ਕਰਦੇ ਬਿਨਾ ਪਾਣੀ ਤੁਸੀਂ ਮਾਰਿਆ ਤਾਂ ਓਏ ਉਹ ਪਤੰਦਰਾ ਰਹਿਣ ਦੇ ਮੈਨੂੰ ਲੱਗਦਾ ਮੇਰੀ ਜਾਨ ਨੂੰ ਕੋਈ ਨਾ ਕੋਈ ਸਿਆਪਾ ਛੇੜੇਗਾ ਤੂੰ ਜਿਹੜਾ ਅਜੇ ਲਾਈ ਜਾਂਦਾ ਖਲਾ ਖਲਾ ਮੇਰੇ ਸਾਲ ਕਿਣਕ ਨੂੰ ਅੱਜ ਪੁੱਛਦਾ ਰੋਜ਼ ਕਲੇਸ਼ ਰੋਜ਼ ਕਲੇਸ਼ ਤਾਜੀ ਨੇ ਬਣਾਈ ਨੀ ਰੋਟੀ ਨਹੀਂ ਜੀ ਮੈਂ ਹੁਣੇ ਬਣਾ ਕੇ ਰੱਖੀ ਸੀ ਬਸ ਬਸ ਜੀ ਰੋਟੀਆਂ ਖਵਾਉਂਦੀ ਰਹਿ ਕਰ ਬਸ ਜੀ ਹੋਰ ਕੁਛ ਲੈ ਕੇ ਦਵਾਂ ਇਹ ਨਾਲ ਮੈਂ ਬਸ ਨਾ ਨਾ ਮੂਨ ਪਾਰ ਕਰ ਜੇ ਨਹੀਂ ਜੀ ਮੈਂ ਤਾਂ ਦੇਖ ਕੇ ਪਾਇਆ ਸੀਗਾ ਖਾਰੀ ਤਾਂ ਕਰੀ ਪਈ ਆਣ ਕੇ ਦੇਖ ਕੇ ਪਾਤੀ ਮੈਂ ਜੀ ਮੈਂ ਟੇਸਟ ਕਰਕੇ ਦੇਖੀ ਸੀ ਉਹ ਤੂੰ ਜਾਣਦੇ ਤੈਨੂੰ ਪਤਾ ਵੀ ਇਹਦਾ ਬੀਬੀ ਵੱਧਦਾ ਤੂੰ ਮੈਨੂੰ ਮਾਰਨਾ ਚਾਹੁੰਦੀ ਆ ਮਾਰਨਾ ਨਾ ਜੀ ਤੁਸੀਂ ਕੀ ਜੇ ਗੱਲ ਕਰੀ ਜਾਂਦੇ ਹੋ ਦੱਸ ਇੱਥੇ ਮੇਰਾ ਤੁਹਾਡੇ ਬਿਨਾਂ ਕੌਣ ਹੈ ਉਹ ਨਾਟਕ ਕਰਨਾ ਛੱਡ ਦੇ ਨਾਟਕ ਉਹ ਜਾਣ ਲੈ ਲੈ ਆਪਣਾ ਸਾੜ ਜਾ ਕੇ ਤੂੰ ਜਾਣਦੇ ਕੰਨੇ ਮੈਨੂੰ ਹੋਰ ਵੀ ਵੱਡੇ ਭਾਈ ਹੋਰ ਠੀਕ ਹੈ ਹਾਂ ਹਾਂ ਵਧੀਆ ਵਧੀਆ ਠੀਕ ਠਾਕ ਆਪਣਾ ਹੋਰ ਸੁਣਾਓ ਕੀ ਬਣਦਾ ਉਹ ਟਾਈਮ ਪਾਸ ਹੋ ਜਾਂਦਾ ਚਲੋ ਗਾਣਾ ਬਣਾਉਣਾ ਕੀ ਹੈ ਚਲ ਚਾਹ ਬਣਾ ਮੈਂ ਫੋਨ ਵੱਜ ਰਿਹਾ ਆ ਕੀ ਦਾ ਮੰਮੀ ਹਾਂਜੀ ਮੰਮਾ ਹਾਂ ਹਾਂ ਠੀਕ ਹੈ ਜੀ ਮੈਂ ਜਵਾਕਾਂ ਨੇ ਤੂੰ ਬੈਠ ਬਾਈ ਮੈਂ ਚਾਹ ਲਿਆਉਣਾ ਫਰਕ ਨੀ ਪੈ ਰਿਹਾ
ਕੀ ਹਾਲ ਨੇ ਬਾਈ? ਵਧੀਆ ਵਧੀਆ ਬਾਈ, ਗੁਰੀ ਕਿੱਧਰ ਗਿਆ? ਗੁਰੀ ਵੀਰ ਅੰਦਰ ਹੀ ਬਾਈ। ਅੱਛਾ ਅੱਛਾ, ਮੈਂ ਤੁਹਾਨੂੰ ਐਂ ਕਹਿਣ ਕਿ ਜੀ ਮੈਂ ਟਰਾਲੀ ਲੈ ਕੇ ਗਏ ਸੀ ਨਾ, ਉਹ ਖੜਾ ਸੀ ਉੱਧਰ ਬਾਗਲ ਦੇ ਪਾਣੇ। ਠੀਕ ਹੈ ਬਾਈ, ਕੋਈ ਗੱਲ ਨਹੀਂ। ਤੈਨੂੰ ਮੇਰੇ ਤੇ ਭਰੋਸਾ ਕਰਨਾ? ਭਰੋਸਾ ਹੈਗਾ ਬਾਈ ਤੇਰੇ ਤੇ ਯਾਰ। ਤੂੰ ਹੈਗਾ ਆ, ਸੁਣ ਲੈ ਹੁਣ ਚੰਗੀ ਚਾਹੁੰਦੀ ਜੇ ਆਪਦੇ ਪੇਕਿਆਂ ਨੂੰ ਫੋਨ ਕਰਦੇ, ਲੈ ਜਾਣਗੇ ਤੈਨੂੰ ਆ ਕੇ, ਨਹੀਂ ਤੈਨੂੰ ਕੁੱਟ ਕੁੱਟ ਮਾਰ ਦੂ ਕਿਸੇ ਦਿਨ ਇਹ ਉਰੇ। ਨਹੀਂ ਜੀ, ਮੇਰੀ ਗਲਤੀ ਹੋ ਗਈ ਸੀ, ਮੇਰੀਆਂ ਗਲਤੀਆਂ ਕਰਕੇ ਨਾ ਇਹਨੂੰ ਕਈ ਵਾਰ ਗੁੱਸਾ ਆ ਜਾਂਦਾ। ਉਹ ਭਾਈ ਮੈਂ ਚੰਗੀ ਤਰ੍ਹਾਂ ਜਾਣਦਾ ਇਹਦੇ ਸੁਭਾਅ ਨੂੰ, ਠੀਕ ਆ, ਮੈਨੂੰ ਪਤਾ ਨਾਲੇ ਤੂੰ ਕਿੰਨੀ ਸਿਆਣੀ ਹੈਗੀ, ਇਹ ਫਿਰ ਵੀ ਤੈਨੂੰ ਰੋਜ਼ ਕੁੱਟਦਾ ਮਾਰਦਾ ਸਾਰੇ ਪਿੰਡ ਨੂੰ ਪਤਾ ਹੈਗਾ। ਜੇ ਜ਼ਿੰਦਗੀ ਚਾਹੁੰਦੀ ਹੈਗੀ ਉਹਦੇ ਪੇਕਿਆਂ ਨੂੰ ਫੋਨ ਕਰਦੇ, ਲੈ ਜਾਣਗੇ ਤੈਨੂੰ ਆ ਕੇ, ਨਹੀਂ ਤੈਨੂੰ ਕੁੱਟ ਕੁੱਟ ਕੇ ਤੇਰਾ ਇੱਥੇ ਭੋਗ ਪਾ ਦੂ ਇਹ। ਕੋਈ ਨਹੀਂ, ਘਰਦਿਆਂ ਨੇ ਇੱਕ ਵਾਰੀ ਵਿਆਹ ਕੇ ਤੋੜਤੀ, ਪਰ ਉਹ ਚਾਹੇ ਮੇਰੇ ਹੱਥੀ ਜਾਵੇ, ਮੈਂ ਨਹੀਂ ਜਾਊਂਗਾ। ਧੰਨ ਆ, ਮੈਂ ਤੇਰੇ ਵਰਗੀ ਕੁੜੀ ਨਹੀਂ ਦੇਖੀ ਜਿਹੜੀ ਰੋਜ਼ ਤੂੰ ਕੁੱਟ ਖਾਂਦੀ ਹੈ ਬਿਨਾਂ ਕਸੂਰ ਤੋਂ, ਅਤੇ ਹਲੇ ਵੀ ਕਹਿ ਰਹੀ ਹੈ ਕਿ ਮੈਂ ਇੱਥੇ ਜਾਣਾ ਨਹੀਂ ਹੈਗਾ। ਨਹੀਂ ਉਹ ਤਾਂ ਸਹੀ ਨੇ, ਬਸ ਮੇਰੀ ਗਲਤੀ ਕਰਕੇ ਕਈ ਵਾਰ ਗੁੱਸਾ ਕਰ ਜਾਂਦੇ ਨੇ, ਉਹ ਮਾੜੇ ਨਹੀਂ ਹੈਗੇ ਜਮਾਂ। ਚੱਲ ਭਾਈ ਤੇਰੀ ਮਰਜ਼ੀ ਆ, ਮੇਰਾ ਤਾਂ ਫਰਜ਼ ਤੈਨੂੰ ਸਮਝਾਉਣ ਦਾ ਸੀਗਾ, ਵੈਸੇ ਬੰਦਾ ਕੋਈ ਬਾਹਲਾ ਚੰਗਾ ਨਹੀਂ ਹੈਗਾ ਇਹ। ਨਾ ਤੁਸੀਂ ਐਂ ਨਾ ਕਰੋ, ਕਹੋ ਵੀਰ ਜੀ ਜਿਵੇਂ ਵੀ ਨੇ ਵਧੀਆ ਨੇ ਬਸ। ਵੇਖ ਲਾ ਬਾਈ, ਤੂੰ ਕਹਿੰਦਾ ਸੀ ਤੇਰੇ ਬਾਰੇ ਮਾੜਾ ਬੋਲਦੀ ਹੈ, ਵੇਖ ਲਾ ਇੰਨੀ ਕੁੱਟ ਖਾਣ ਦੇ ਬਾਵਜੂਦ ਵੀ ਤੇਰੇ ਬਾਰੇ ਕਿੰਨਾ ਚੰਗਾ ਸੋਚਦੀ ਹੈ। ਯਾਰ ਗਲਤੀ ਹੋ ਗਈ ਮੇਰੇ ਤੋਂ ਬਹੁਤ ਜ਼ਿਆਦਾ, ਮੈਂ ਉਹਨੂੰ ਕੀ ਸਮਝਦਾ ਰਿਹਾ। ਵੇਖ ਲਾ ਹੁਣ ਬਾਈ ਯਾਰ, ਹੁਣ ਤਾਂ ਤੂੰ ਆਪਣੇ ਅੱਖੀ ਦੇਖ ਹੀ ਲਿਆ, ਬਹੁਤ ਤੰਗ ਕੀਤੀ ਬਾਈ, ਦਾਰੂ ਪੀ ਕੇ ਕੁੱਟਮਾਰ ਕਰਨੀ ਯਾਰ ਗਲਤੀ ਸੀ ਬਾਈ ਤੇਰੀ, ਯਾਰ ਬਹੁਤ ਬੜੀ ਗਲਤੀ ਕਰਤੀ। ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਬਾਈ। ਚੱਲ ਠੀਕ ਆ ਬਾਈ, ਤੇਰੀ ਮਰਜ਼ੀ। ਬਾਈ ਜਨਾਨੀ ਦੇ ਹੱਥ ਚੱਕਣਾ ਕੋਈ ਬਾਹਲੀ ਬਹਾਦਰੀ ਵਾਲੀ ਗੱਲ ਨਹੀਂ ਯਾਰ, ਜਿਹੋ ਜੀ ਕੰਧ ਕੁੱਟ ਲਈ ਉਹੀ ਜੀ ਜਨਾਨੀ ਕੁੱਟ ਲਈ, ਅਜੇ ਵੀ ਡੁੱਲੇ ਵਿਰਨ ਦਾ ਕੁਛ ਨਹੀਂ ਵਿਗੜਿਆ, ਜਾ ਕੇ ਮਾਫ਼ੀ ਮੰਗ ਲੈ ਬਾਈ। ਗੱਲ ਤਾਂ ਤੇਰੀ ਸਹੀ ਹੈ ਬਾਈ, ਹਾਂ ਜਾ ਕੇ ਮਾਫ਼ੀ ਮੰਗ ਲੈ। ਠੀਕ ਆ ਬਾਈ, ਕਦੇ ਕੋਈ ਗਲਤੀ ਕਦੇ ਕੋਈ ਗਲਤੀ, ਤੁਹਾਡਾ ਕਸੂਰ ਨਹੀਂ ਹੈਗਾ ਇਹ ਚ ਕੋਈ। ਮੈਨੂੰ ਮਾਫ਼ ਕਰ, ਤੂੰ ਐਂ ਕਰ ਚੱਲ ਤਿਆਰ ਹੋ, ਤੇਰੇ ਪਿੰਡ ਚੱਲ ਕੇ। ਸੱਚ ਬੋਲ ਰਹੇ ਤੁਸੀਂ? ਸੱਚ ਬੋਲ ਰਹੇ, ਚੱਲ ਲੈ ਕੇ ਆਈਏ ਪਤਾ ਜਿਹੜੀ। ਠੀਕ ਹੈ ਜੀ, ਲੱਗੀ ਤਾਂ ਮੇਰੇ ਮੂਹਰੇ ਮਾਫ਼ੀ ਮੰਗਣ ਵਾਲੀ ਗੱਲ ਨਾ ਕਰੇ। ਠੀਕ ਹੈ, ਚਲੋ।